ਸਾਡੇ ਜਿਹੜੇ ਸਭ ਨਾਲ ਪ੍ਰੋਫੈਸ਼ਨਲ ਵੀ ਰਹੇ ਆ ਰੈਸਲਿੰਗ 'ਚ ਵੀ ਇੰਟਰਨੈਸ਼ਨਲ ਜਗਜੀਤ ਸਰੋਆ ਜੀ, ਤਾਂ ਅੱਜ ਇਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਉਂਦੇ ਇਹਨਾਂ ਦੀ ਹਿਸਟਰੀ ਬਾਰੇ ਵੀ ਕਦੋਂ ਤੋਂ ਇਹਨਾਂ ਨੇ ਪਹਿਲਵਾਨੀ ਸ਼ੁਰੂ ਕੀਤੀ, ਕਿੱਦਾਂ ਇਹਨਾਂ ਨੇ ਮੱਲਾਂ ਮਾਰੀਆਂ, ਕਿੱਦਾਂ ਇਹ ਆਪਣੇ ਇਸ ਰੈਂਕ 'ਤੇ ਪਹੁੰਚੇ। ਅੱਜ ਸਾਨੂੰ ਬਹੁਤ ਫਖਰ ਹੈ ਇਸ ਗੱਲ ਦਾ ਵੀ ਅੱਜ ਅਸੀਂ ਸਾਨੂੰ ਇੰਟਰਵਿਊ ਵੀ ਕਰਨ ਇਹਨਾਂ ਦਾ ਮੌਕਾ ਮਿਲਿਆ, ਤਾਂ ਦੇਖ ਕੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ। ਜਗਜੀਤ ਜੀ, ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਤੁਸੀਂ ਅੱਜ ਸਾਨੂੰ ਇੰਟਰਵਿਊ ਦੇਣ ਲਈ ਵੀ ਰਾਜ਼ੀ ਹੋਏ ਹਾਂ। ਥੈਂਕ ਯੂ ਜੀ, ਥੈਂਕ ਯੂ, ਤੁਸੀਂ ਆਏ ਹੋ ਮੇਰੇ ਆਫਿਸ, ਵੈਲਕਮ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਰੈਸਲਿੰਗ ਵਾਸਤੇ, ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਉਹਨਾਂ ਦੇਸ਼ਾਂ ਦੇ ਵਿੱਚ। ਦੇਖੋ ਸਰੀ ਦੇ ਵਿੱਚ ਤੁਸੀਂ ਲੋਕਾਂ ਨੂੰ ਆਪਣੇ ਘਰ ਦੀ ਪ੍ਰੋਬਲਮ, ਫਿਰ ਬੱਚਿਆਂ ਦਾ, ਉਹ ਤੁਸੀਂ ਉਸ ਮੁਲਕਾਂ 'ਚ ਜਾ ਕੇ ਵੀ ਉੱਥੇ ਰੈਸਲਿੰਗ ਦੀ ਸੇਵਾ ਕਰ ਰਹੇ ਹੋ। ਅਕੈਡਮੀ ਬਣਾਈ ਆ, ਮੈਂ ਖੁਦ ਜਾ ਕੇ ਵੀ ਆਇਆ, ਅਤੇ ਉਹ ਤੋਂ ਵੱਡਾ ਹੋਰ ਕੋਈ ਸੇਵਾ ਨਹੀਂ ਹੈਗੀ। ਦੇਖੋ ਉਹਨਾਂ ਮੁਲਕਾਂ 'ਚ ਵੀ ਤੁਸੀਂ ਕਰ ਰਹੇ ਹੋ, ਹੁਣ ਤੁਸੀਂ ਉਹ ਦੰਗਲ ਹਰ ਸਾਲ ਇੱਥੇ ਇੰਡੀਆ 'ਚ ਕਰਵਾਉਣ ਆਉਂਦੇ ਹੋ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਤੇ ਵੈਲਕਮ ਜਦੋਂ ਤੁਸੀਂ ਇੰਡੀਆ ਆਏ। ਥੈਂਕ ਯੂ ਜੀ। ਆਪਾਂ ਜਗਜੀਤ ਜੀ, ਆਪਾਂ ਦੱਸਣਾ ਵੀ ਤੁਸੀਂ ਆਪਣਾ ਪਹਿਲਾਂ ਬਚਪਨ ਦੱਸੋ, ਕਦੋਂ ਤੋਂ ਤੁਹਾਨੂੰ ਸ਼ੌਂਕ ਜਿਹੜਾ ਰੈਸਲਿੰਗ ਦਾ ਪਿਆ, ਤਾਂ ਤੁਹਾਡਾ ਪਿੰਡ ਕਿਹੜਾ ਨਾਲੇ? ਮੈਂ ਸੱਤਵੀਂ ਅੱਠਵੀਂ ਕਲਾਸ ਤੋਂ ਰੈਸਲਿੰਗ ਸ਼ੁਰੂ ਕੀਤੀ, ਅਤੇ ਉਸ ਤੋਂ ਜਿੱਦਾਂ ਸ਼ੁਰੂਆਤ ਦੇ ਵਿੱਚ ਕੁਛ ਨਹੀਂ ਸੀ ਪਤਾ, ਸਪੋਰਟਸ ਬਾਰੇ ਵੀ ਕੁਛ ਨਹੀਂ ਸੀ ਪਤਾ, ਰੈਸਲਿੰਗ ਬਾਰੇ ਵੀ ਕੁਛ ਨਹੀਂ ਸੀ ਪਤਾ, ਬਸ ਮਨ 'ਚ ਇਹ ਸੀ ਵੀ ਗੇਮ ਕਰਨੀ ਕੋਈ। ਅਤੇ ਉਸ ਨਾਲ ਲੈ ਕੇ ਜਿੱਦਾਂ ਹੰਸਰਾਜ ਸਟੇਡੀਅਮ, ਸਪੋਰਟਸ ਡਿਸਟ੍ਰਿਕਟ ਸਪੋਰਟਸ ਆਫਿਸ ਹੈ ਉੱਥੇ, ਉੱਥੇ ਜਾ ਕੇ ਕੋਚਿਸ ਨਾਲ ਮਿਲਿਆ ਵੀ ਕਿਹੜੀ ਗੇਮ ਰੱਖਣੀ ਚਾਹੀਦੀ ਆ। ਉੱਥੇ ਉਹ ਰੈਸਲਿੰਗ ਦੀ, ਰੈਸਲਿੰਗ ਦੇ ਸਾਡੇ ਕੋਚ ਸੀਗੇ ਹਰਭਜਨ ਸਿੰਘ ਅਤੇ ਸਰਦਾਰ ਜੁਨੀਅਰ ਸਿੰਘ, ਉਹਨਾਂ ਨੇ ਕਿਹਾ ਵੀ ਰੈਸਲਿੰਗ ਸ਼ੁਰੂ ਕਰ ਦੇ। ਉੱਥੋਂ ਬਸ ਉਦੋਂ ਤੋਂ ਅੱਠਵੀਂ ਕਲਾਸ ਤੋਂ ਮੈਂ ਸ਼ੁਰੂ ਕੀਤੀ ਰੈਸਲਿੰਗ, ਅਤੇ ਪਿੰਡ ਜਿਹੜਾ ਮੇਰਾ ਜਲੰਧਰ ਦੇ ਬਿਲਕੁਲ ਨਾਲ ਵਰਿਆਣਾ ਪਿੰਡ ਆ, ਜਲੰਧਰ ਤੋਂ ਕਪੂਰਥਲਾ ਰੋਡ 'ਤੇ ਵਰਿਆਣਾ, ਅਤੇ ਮੇਰਾ ਜੱਦੀ ਪਿੰਡ ਹੈ। ਤਾਂ ਆਪਣੀ ਜਿਹੜਾ ਸਫ਼ਰ ਹੈ ਤੁਸੀਂ ਸ਼ੁਰੂ ਰੈਸਲਿੰਗ ਦਾ ਕੀਤਾ, ਉਹਦੇ ਵਿੱਚ ਕਿੱਥੇ ਕਿੱਥੇ ਤੁਸੀਂ ਖੇਡੇ ਆ, ਤੁਹਾਡੀਆਂ ਯਾਦਗਾਰੀ ਨਾਲੇ ਰੈਸਲਿੰਗ ਜਿਹੜੇ ਆ ਜਿਹੜੇ ਉਹਦੇ ਬਾਰੇ ਵੀ ਸਾਰਿਆਂ ਜਿੱਦਾਂ ਪਬਲਿਕ ਨੂੰ ਭਾਵਨਾ ਨਹੀਂ ਦੱਸੋ। ਜਦੋਂ ਮੈਂ ਰੈਸਲਿੰਗ ਅੱਠਵੀਂ ਕਲਾਸ ਤੋਂ ਤੁਹਾਨੂੰ ਦੱਸਿਆ ਸ਼ੁਰੂ ਕੀਤੀ, ਉਦੋਂ ਸਕੂਲਾਂ ਦੇ ਵਿੱਚੋਂ ਪਹਿਲੇ ਸਾਲ ਹੀ ਫਿਰੋਜ਼ਪੁਰ ਸਾਡੀ ਸਟੇਟ ਹੋਈ ਸੀ, ਅਤੇ ਮਿੰਨੀ ਉਹਦੇ ਵਿੱਚ ਸਕੂਲਾਂ 'ਚੋਂ ਮੈਂ ਫਸਟ ਆਇਆ। ਬਸ ਉਦੋਂ ਤੋਂ ਸਕੂਲ ਨੈਸ਼ਨਲ 'ਚੋਂ ਮੈਡਲ ਆ ਗਿਆ ਅਗਲੇ ਸਾਲ, ਫਿਰ ਜੂਨੀਅਰ 'ਚੋਂ ਮੈਡਲ ਆ ਗਿਆ। ਇੱਦਾਂ ਲਗਾਤਾਰ ਜਿਹੜਾ ਸਫ਼ਰ ਚੱਲਦਾ ਰਿਹਾ, ਅਤੇ ਲਗਾਤਾਰ ਪਹਿਲਾਂ ਜੂਨੀਅਰ 'ਚੋਂ ਫਿਰ ਸੀਨੀਅਰ ਦੇ ਵਿੱਚੋਂ ਵੀ ਮੇਰੇ ਲਗਭਗ 15-20 ਨੈਸ਼ਨਲ ਦੇ ਗੋਲਡ ਮੈਡਲ ਆ, ਜੂਨੀਅਰ 'ਚ, ਸਬ ਜੂਨੀਅਰ ਅਤੇ ਸੀਨੀਅਰ ਦੇ ਵਿੱਚ ਵੀ। ਸੀਨੀਅਰ ਦੇ ਵਿੱਚੋਂ ਵੀ ਮੇਰਾ ਕਹਿੰਦਾ ਮੇਰਾ 15-15 ਸਾਲ ਮੈਂ ਚੈਂਪੀਅਨ ਰਿਹਾ ਉਹਦੇ ਵਿੱਚ ਲਗਾਤਾਰ। ਆਪਣੇ ਜਿਹੜੇ ਤੁਹਾਡੇ ਇੰਟਰਨੈਸ਼ਨਲ ਟੂਰਨਾਮੈਂਟ, ਜਿੱਦਾਂ ਤੁਸੀਂ ਬਾਹਰ ਦੇਸ਼ ਦਾ ਨਾਂ ਰੋਸ਼ਨ ਕੀਤਾ, ਉਹ ਕਿਹੜੀ ਕਿਹੜੀ ਜਗ੍ਹਾ 'ਤੇ ਗਏ ਆ ਤੁਸੀਂ, ਆਪਣਾ ਉਹਦੇ ਬਾਰੇ ਵੀ ਸਾਨੂੰ? ਮੈਂ ਏਸ਼ੀਅਨ ਚੈਂਪੀਅਨਸ਼ਿਪ ਅਤੇ 33 ਵਰਲਡ ਕੱਪ, ਇਹ ਸਾਰੇ ਹਰ ਸਾਲ ਤਕਰੀਬਨ ਕਹਿੰਦਾ ਮੇਰੇ 50-55 ਰੀਪ੍ਰਜੈਂਟ ਕੀਤਾ ਮੈਂ ਅਲੱਗ ਅਲੱਗ ਟੂਰਨਾਮੈਂਟ ਦੇ ਵਿੱਚ ਇੰਡੀਆ ਨੂੰ, ਅਤੇ 15 ਸਾਲ ਮੈਂ ਇੰਡੀਆ ਟੀਮ ਦੇ ਵਿੱਚ ਰਿਹਾ, ਅਤੇ 33 ਵਰਲਡ ਕੱਪ ਹੁੰਦਾ ਉਹਦੇ ਵਿੱਚ, ਉਹ ਮੇਰਾ ਬਰੌਂਜ਼ ਮੈਡਲ ਹੈ ਇੱਕ, ਅਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ ਮੇਰੀ ਪਾਰਟੀਸਪੇਸ਼ਨ ਹੈ ਨਾ। ਇੱਦਾਂ ਮੈਂ 50-55 ਇੰਟਰਨੈਸ਼ਨਲ ਟੂਰਨਾਮੈਂਟਾਂ 'ਚ ਪਾਰਟੀਸਪੇਟ ਕੀਤਾ। ਤਾਂ ਜੋ ਜਿਹੜੀਆਂ ਰੈਂਕ ਇੱਥੇ ਤੇ ਪਹੁੰਚੇ ਆ, ਤੁਸੀਂ ਆਪਣਾ ਸਫ਼ਰ ਕੀਤਾ, ਜਿਹੜੇ ਕੋਈ ਚੈਲੇਂਜ ਮੈਚ ਜਿਹੜੇ ਤੁਹਾਨੂੰ ਜ਼ਿਆਦਾ ਫੇਵਰੇਟ ਰਹੇ ਹੋਣ, ਜਿਹੜੇ ਤੁਹਾਡੀਆਂ ਯਾਦਾਂ ਕੁਸ਼ਤੀਆਂ ਨੇ, ਉਹਦੇ ਬਾਰੇ ਪਹਿਲਾਂ ਆਪਾਂ ਜ਼ਰੂਰ ਆਪਣੇ ਪਹਿਲਵਾਨਾਂ ਨੂੰ, ਪਬਲਿਕ ਨੂੰ ਸਾਂਝੀਆਂ। ਸ਼ੁਰੂਆਤ ਦੀਆਂ ਜਿਹੜੀਆਂ ਕੁਸ਼ਤੀਆਂ ਕਈ ਇੱਦਾਂ ਦੀਆਂ ਯਾਦ ਰਹਿ ਜਾਂਦੀਆਂ ਸਾਨੂੰ, ਜਿੱਦਾਂ ਸਕੂਲਾਂ ਦੇ ਵਿੱਚ ਪਹਿਲੀ ਵਾਰੀ ਜਦੋਂ ਮੈਂ ਲੜਿਆ ਫਿਰੋਜ਼ਪੁਰ ਸਟੇਟ ਜਿਹੜੀ ਹੋਈ ਸਾਡੀ, ਉਹਦੀਆਂ ਪਹਿਲੀ ਮੇਰੀ ਸਟੇਟ ਸੀਗੀ। ਪਹਿਲਾਂ ਤਾਂ ਇੱਥੋਂ ਜਲੰਧਰ ਤੋਂ, ਜਲੰਧਰ ਦੀ ਟੀਮ ਵੱਲੋਂ ਸਿਲੈਕਟ ਹੋ ਕੇ ਫਿਰੋਜ਼ਪੁਰ ਗਏ ਉਹ ਸਟੇਟ ਲੜਨ, ਉਹੀ ਬਹੁਤ ਵੱਡੀ ਗੱਲ ਲੱਗਦੀ ਸੀ ਸ਼ੁਰੂਆਤ ਦੇ ਵਿੱਚ। ਉਹ ਕੁਸ਼ਤੀਆਂ ਉੱਥੇ ਵਧੀਆ ਹੋਈਆਂ ਸਾਰੀਆਂ, ਉੱਥੋਂ ਮੈਂ ਫਸਟ ਟਾਈਮ, ਇੱਦਾਂ ਚੱਲਦੀਆਂ ਰਹਿੰਦੀਆਂ। ਕੈਨੇਡਾ 'ਚ ਵੀ ਕਾਫੀ ਹੋਈਆਂ ਕੁਸ਼ਤੀਆਂ, USA 'ਚ ਵੀ ਹੋਈਆਂ ਦੰਗਲ, ਇੱਥੇ ਇੰਡੀਆ ਦੇ ਵਿੱਚ ਦੰਗਲ ਜਿਹੜੇ ਆ ਟਾਈਟਲ ਜਿਹੜੇ ਜਿੱਦਾਂ ਤੁਸੀਂ ਹੁਣ ਕਰਵਾਉਂਦੇ ਹੋ ਮੰਨਣ ਵਾਲੇ ਹੁੰਦੇ ਸੀ, ਹਕੀਮਪੁਰ ਹੁੰਦਾ ਸੀ, ਹੋਲਾ ਮਹੱਲਾ ਟੂਰਨਾਮੈਂਟ ਹੁੰਦਾ ਸੀ, ਉੱਥੇ ਜਿਹੜੇ ਟਾਈਟਲ ਦੇ ਵਿੱਚ ਹੁੰਦੀਆਂ ਸੀ ਉਹ ਨੈਸ਼ਨਲ ਲੈਵਲ ਦੇ ਟਾਈਟਲ ਹੁੰਦੇ ਸੀ, ਉਹਨਾਂ ਦੇ ਵਿੱਚ ਵੀ ਵਧੀਆ ਜਿਹੜੀ
ਕੁਸ਼ਤੀਆਂ ਸੀਗੀਆਂ ਉੱਥੇ ਗੈਦਰਿੰਗ ਜਿਹੜੀ ਬੜੀ ਹੁੰਦੀ ਸੀ ਅਤੇ ਮੈਂ ਪੰਜਾਬ ਵੱਲੋਂ ਪਾਰਟੀਸਪੇਟ ਕਰਦਾ ਸੀ ਉੱਥੇ ਬਾਕੀ ਹਰਿਆਣੇ ਦੇ ਦਿੱਲੀ ਦੇ ਜਾਂ ਮਹਾਰਾਸ਼ਟਰ ਦੇ ਜਿਹੜੇ ਹੋਰ ਵੀ ਆਉਂਦੇ ਸੀਗੇ ਰੈਸਲਰ ਅਤੇ ਉਹ ਜਿੰਨਾ ਕਰਾਊਡ ਹੁੰਦੀ ਸੀ ਜਿੰਨੀ ਆਡੀਅੰਸ ਹੁੰਦੀ ਸੀ ਜਿੰਨੇ ਦਰਸ਼ਕ ਹੁੰਦੇ ਸੀ ਉਹ ਮੇਰੇ ਨਾਲ ਅਟੈਚ ਹੁੰਦੇ ਸੀ ਕਿਉਂਕਿ ਮੈਂ ਪੰਜਾਬ ਵੱਲੋਂ ਖੇਡਦਾ ਸੀ ਅਤੇ ਪੰਜਾਬ ਦੇ ਜਿੰਨੇ ਟੂਰਨਾਮੈਂਟ ਹੁੰਦੇ ਸੀ ਉਹ ਦੰਗਲ ਜਿਹੜੇ ਸੀਗੇ ਉਹ ਵੀ ਇੱਕ ਯਾਦਗਾਰੀ ਸੀਗੇ ਉਹਨਾਂ 'ਚੋਂ ਜਦੋਂ ਟਾਈਟਲ ਜਿੱਤਣਾ ਪੰਜਾਬ ਕੇਸਰੀ ਦਾ ਬਹੁਤ ਸਾਰੇ ਟੂਰਨਾਮੈਂਟ ਇੱਦਾਂ ਦੇ ਸੀਗੇ ਵੀ ਜਿਹੜੇ ਬਾਕੀ ਟਾਈਟਲ ਤਾਂ ਸਾਰੇ ਬਾਹਰਲੇ ਲੈ ਜਾਂਦੇ ਸੀ ਅਤੇ ਮੈਂ ਇਕੱਲਾ ਹੁੰਦਾ ਸੀ ਪੰਜਾਬ ਦਾ ਜਿਹੜਾ ਮੈਂ ਉਹ ਸ਼ੇਰੇ ਹਿੰਦ ਅਫਤਾਬੇ ਹਿੰਦ ਜਿਹੜੇ ਟਾਈਟਲ ਜਦੋਂ ਮੈਂ ਜਿੱਤੇ ਅਤੇ ਉਹ ਜਿਹੜੀ ਰਸ਼ ਹੁੰਦਾ ਸੀ ਉਹ ਪਿਆਰ ਲੋਕਾਂ ਦਾ ਉਹ ਯਾਦਗਾਰੀ ਹੁੰਦੀਆਂ ਸੀ ਉਹ ਬੜਾ ਮਜ਼ਾ ਆਉਂਦਾ ਹੁੰਦਾ ਸੀ ਲੋਕਾਂ ਨਾਲ ਜਦੋਂ ਪਿਆਰ ਮਿਲਣਾ ਜਗਜੀਤ ਸਰੋਆ ਜੀ ਕਦੇ ਤੁਸੀਂ ਸੋਚਿਆ ਸੀ ਵੀ ਜਿਹੜਾ ਅੱਜ ਇਹ ਰੈਸਲਿੰਗ 'ਚ ਜਿਹੜੇ ਤੁਹਾਨੂੰ ਰੈਂਕ ਮਿਲਿਆ ਕਦੇ ਇਸ ਬਾਰੇ ਵੀ ਸੋਚਿਆ ਵੀ ਤੁਸੀਂ ਕਿਹੜੀ ਪਦਵੀ 'ਤੇ ਬੈਠੇ ਹੋ ਨਹੀਂ ਦੇਖੋ ਮੈਂ ਅੱਗੇ ਵੀ ਬੱਚਿਆਂ ਨੂੰ ਵੀ ਇਹ ਗੱਲ ਹਮੇਸ਼ਾ ਕਰੀ ਦੀ ਆ ਵੀ ਤੁਸੀਂ ਇਹ ਸੋਚ ਕੇ ਨਾ ਕਰੋ ਵੀ ਮੈਂ ਕਰਨਾ ਕੀ ਆ ਹੈ ਨਾ ਵੀ ਮੈਂ ਜੇ ਸਪੋਰਟਸ ਕਰਨ ਲੱਗਾ ਤਾਂ ਇਹਦੇ ਵਿੱਚੋਂ ਆਹ ਚੀਜ਼ ਮੈਂ ਲੈਣੀ ਆ ਨੋ ਇਹਦੇ ਵਿੱਚ ਸਵਾਰਥ ਆ ਜਾਂਦਾ ਤੁਸੀਂ ਸੱਚੇ ਮਨ ਨਾਲ ਉਹਦੇ 'ਤੇ ਮਿਹਨਤ ਕਰੋ ਜੋ ਕੁਛ ਤੁਹਾਨੂੰ ਮਿਲਣੀਆਂ ਚੀਜ਼ਾਂ ਉਹ ਤੁਹਾਨੂੰ ਮਿਲ ਹੀ ਜਾਣੀਆਂ ਠੀਕ ਹੈ ਇਸ ਕਰਕੇ ਮੈਂ ਇਹ ਹੁੰਦਾ ਹੀ ਨਹੀਂ ਮਨ 'ਚ ਹੀ ਨਹੀਂ ਸੀਗਾ ਵੀ ਸਿਰਫ ਰੈਸਲਿੰਗ ਕਰਨੀ ਆ ਰੈਸਲਿੰਗ 'ਚੋਂ ਅੱਗੇ ਜੋਬ ਮਿਲਣੀ ਆ ਇਹ ਨਹੀਂ ਸੀ ਸੋਚਿਆ ਕਦੀ ਪਰਮਾਤਮਾ ਜੇ ਸੱਚੇ ਮਨ ਨਾਲ ਕਰਦੇ ਆ ਲੈ ਜਾਂਦਾ ਉੱਥੇ ਤੱਕ ਤੁਸੀਂ ਆਪਣੇ ਪਬਲਿਕ ਨੂੰ ਇਹ ਵੀ ਦੱਸੋ ਜਿੱਦਾਂ ਭਲਵਾਨ ਵੀ ਕਹੇ ਨੇ ਮੂਵੀ ਬਹੁਤ ਜਾਣਿਆਂ ਨੇ ਦੇਖਣੀ ਤੁਹਾਡੀ ਤੁਹਾਡਾ ਰੈਂਕ ਕਿਹੜਾ ਹੈ ਇਸ ਟਾਈਮ ਤੁਸੀਂ ਕਿਹੜੀ ਜਗ੍ਹਾ 'ਤੇ ਤੁਹਾਡੀ ਪੋਸਟ ਹੈ ਜਿੱਦਾਂ ਮੈਂ ਐਸ ਪੀ 12 'ਚ ਬਣ ਗਿਆ ਸੀ ਮੈਂ 2006 ਦੇ ਵਿੱਚ ਮੈਂ ਡੀ ਐਸ ਪੀ ਬਣ ਗਿਆ ਸੀ ਹੈ ਨਾ 2006 ਤੋਂ ਫਿਰ ਮੈਂ 12 ਦੇ ਵਿੱਚ ਐਸ ਪੀ ਬਣ ਗਿਆ ਐਸ ਪੀ ਤੋਂ ਹੁਣ ਮੈਂ ਐਸ ਪੀ ਡੀ ਕਪੂਰਥਲਾ ਪੋਸਟਿੰਗ ਹੈ ਮੇਰੀ ਐਸ ਪੀ ਇਨਵੈਸਟੀਗੇਸ਼ਨ ਐਸ ਪੀ ਕ੍ਰਾਈਮ ਡਿਸਟ੍ਰਿਕਟ ਦਾ ਕ੍ਰਾਈਮ ਦਾ ਹੈਡ ਹੈ ਮੇਰੇ ਕੋਲ ਅਤੇ ਮੈਂ ਕਪੂਰਥਲੇ ਦਾ ਕ੍ਰਾਈਮ ਦੇਖਦਾ ਡਿਸਟ੍ਰਿਕਟ ਦਾ ਐਸ ਪੀ ਡੀ ਵਾਲੀ ਮੇਰੀ ਪੋਸਟ ਹੈ ਅਸੀਂ ਰੈਸਲਿੰਗ 'ਚ ਵੀ ਜਗਜੀਤ ਸਰੋਆ ਨੂੰ ਅਸੀਂ ਬਹੁਤ ਮਿਹਨਤ ਕਰਦੇ ਦੇਖਿਆ ਪਰ ਅੱਜ ਹੁਣ ਕੁਛ ਸਮਾਂ ਤੋਂ ਅਸੀਂ ਘੰਟਾ ਹੋ ਗਿਆ ਬੈਠੇ ਆਪਣੀਆਂ ਗੱਲਾਂ ਕਰਦੇ ਕਰਦੇ ਵੀ ਸੋਚਿਆ ਨਾਲੇ ਇੰਟਰਵਿਊ ਲਿਆ ਨਾਲੇ ਇੰਨਾ ਵਧੀਆ ਵਰਕ ਕਰ ਰਹੇ ਆ ਵੀ ਇਹ ਦੇਖ ਕੇ ਸਾਨੂੰ ਬਹੁਤ ਫਖਰ ਮਹਿਸੂਸ ਹੋਇਆ ਵੀ ਤੁਸੀਂ ਪਹਿਲੇ ਮਨ 'ਚ ਬਣਾਇਆ ਸੀ ਵੀ ਅਸੀਂ ਇਹ ਸਾਰਾ ਸਫਾਇਆ ਕਰਨਾ ਜਿਹੜੇ ਡਰੱਗ ਵੇਚ 'ਤੇ ਚੱਲ ਰਹੀ ਹੈ ਜਾਂ ਜਿਹੜੇ ਵੀ ਤੁਸੀਂ ਇੱਧਰ ਨੂੰ ਖਿਆਲ ਹੈ ਜਿੰਨੀ ਦੇਰ ਰੈਸਲਿੰਗ ਕੀਤੀ ਉੱਨੀ ਦੇਰ ਰੈਸਲਿੰਗ ਦੇ ਵਿੱਚ ਸੀਗਾ ਇੱਕ ਹੀ ਟੀਚਾ ਸੀ ਅਸੀਂ ਮਿਹਨਤ ਕਰਨੀ ਆ ਅਤੇ ਵਧੀਆ ਕੁਸ਼ਤੀਆਂ ਲੜਨੀਆਂ ਸਾਫ਼ ਸੁਥਰੀਆਂ ਕੁਸ਼ਤੀਆਂ ਲੋਕਾਂ ਨੂੰ ਪਬਲਿਕ ਨੂੰ ਉਸ ਚੀਜ਼ ਦਾ ਮਜ਼ਾ ਆਵੇ ਸੇਮ ਜਦੋਂ ਇਹਦੇ ਜੋਬ 'ਚ ਆ ਗਏ ਹਾਂ ਪਰਮਾਤਮਾ ਨੇ ਜੋ ਜੋਬ ਦਿੱਤੀ ਯੂਨੀਫਾਰਮ ਪਾਈ ਆ ਸਾਨੂੰ ਇਹ ਸਾਡਾ ਫਰਜ਼ ਬਣਦਾ ਵੀ ਜਿਹੜੀ ਸਮਾਜਿਕ ਕ੍ਰੀਤੀਆਂ ਸਾਡੀਆਂ ਜਦੋਂ ਬੱਚੇ ਸਾਡੇ ਨਸ਼ਿਆਂ 'ਚ ਲੱਗੀ ਜਾਂਦੇ ਆ ਅਸੀਂ ਸਾਡਾ ਯੂਨੀਫਾਰਮ ਦੇ ਵਿੱਚ ਫਰਜ਼ ਬਣਦਾ ਵੀ ਅਸੀਂ ਇਹਨਾਂ ਨੂੰ ਇਹ ਕੋਡ ਨੂੰ ਕੱਢੀਏ ਜਿਹੜੇ ਬੱਚੇ ਨਸ਼ਿਆਂ 'ਚ ਲੱਗ ਜਾਂਦੇ ਆ ਇਹਨਾਂ ਨੂੰ ਛੁਡਵਾ ਕੇ ਬੱਚਿਆਂ ਨੂੰ ਇੱਦਾਂ ਦੇ ਨਸ਼ੇ ਛੁਡਵਾ ਕੇ ਉਹਨਾਂ ਨੂੰ ਜੋਬਾਂ 'ਤੇ ਵੀ ਲਗਵਾਇਆ ਜਿਹੜੇ ਸਮਗਲਰ ਆ ਨਸ਼ਾ ਵੇਚਦੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਬੰਦ ਕੀਤਾ ਇਹ ਇੱਦਾਂ ਦਾ ਕ੍ਰਾਈਮ ਨੂੰ ਰੋਕਣ ਵਾਸਤੇ ਬੱਚੇ ਕ੍ਰਾਈਮ 'ਚ ਲੱਗ ਜਾਂਦੇ ਆ ਉਹਨਾਂ ਨੂੰ ਕਿੱਦਾਂ ਰੋਕਣਾ ਉਹਨਾਂ ਨੂੰ ਕਿੱਦਾਂ ਸਮਝਾਉਣਾ ਕਿੱਦਾਂ ਹੈ ਨਾ ਇਕੱਲਾ ਇਹ ਨਹੀਂ ਵੀ ਫਟਫਟ ਅੰਦਰ ਦੇਈ ਗਏ ਅਤੇ ਉਹਦੇ ਨਾਲ ਖਾਤਮਾ ਹੋ ਜਾਂਦਾ ਬੜੀ ਬੜੇ ਤਰ੍ਹਾਂ ਦੇ ਉਪਰਾਲੇ ਆ ਉਹ ਸੱਚੇ ਮਨ ਦੇ ਨਾਲ ਜੇ ਯੂਨੀਫਾਰਮ ਦੇ ਵਿੱਚ ਰਹਿ ਕੇ ਅਸੀਂ ਇਹਨਾਂ 'ਤੇ ਜੇ ਸੱਚੇ ਦਿਲ ਨਾਲ ਵਰਕ ਕਰੀਏ ਤਾਂ ਸਭ ਕੁਛ ਹੋ ਸਕਦਾ ਉਹ ਕਰ ਰਹੇ ਹਾਂ ਕਿਆ ਬਾਤ ਹੈ ਤੁਸੀਂ ਦੇਖੋ ਰੈਂਕ ਦੇ ਨਾਲ ਨਾਲ ਵੀ ਮੈਂ ਦੇਖਿਆ ਤੁਹਾਨੂੰ ਵੀ ਤੁਸੀਂ ਜਿਹੜਾ ਕੁਸ਼ਤੀ ਨਾਲ ਜੇ ਪਿਆਰ ਛੱਡਿਆ ਨਹੀਂ ਤੁਸੀਂ ਆਪਣੇ ਜਿਹੜੇ ਪੰਜਾਬ ਦੇ ਤੁਸੀਂ ਆਪਣੇ ਆਪ 'ਚ ਪਬਲਿਕ ਨੂੰ ਦੱਸਣਾ ਵੀ ਹੁਣ ਇਸ ਟਾਈਮ ਕੀ ਵਰਕ ਕਰ ਰਹੇ ਆ ਕਿਹੜਾ ਰੈਂਕ ਤੁਹਾਡੇ ਪ੍ਰਧਾਨਗੀ ਦਾ ਹੈ ਅਤੇ ਕਿੱਦਾਂ ਵੀ ਜਿਹੜੀ ਪੰਜਾਬ ਦੀ ਛੱਡਣੀ ਵੀ ਨਹੀਂ ਚਾਹੀਦੀ ਅਤੇ ਛੱਡ ਵੀ ਨਹੀਂ ਹੋਣੀ ਇਹ ਦੇਖੋ ਪਰਮਾਤਮਾ ਨੇ ਇੱਕ ਟੈਲੈਂਟ ਦਿੱਤਾ ਸੀ ਸਪੋਰਟਸ ਰੈਸਲਿੰਗ ਠੀਕ ਆ ਰੈਸਲਿੰਗ ਮੈਂ ਵਰਲਡ ਲੈਵਲ ਤੱਕ ਖੇਲਿਆ ਹੈ ਨਾ ਉਹ ਮੇਰੇ 'ਚ ਕਲਾ ਆ ਅੱਗੇ ਮੈਂ ਉਹਦੀ ਸੇਵਾ ਕਰਨਾ ਚਾਹੁੰਦਾ ਅਕੈਡਮੀ ਬਣਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਅਕੈਡਮੀ ਜਿਹੜੀ ਉਹ ਨੈਸ਼ਨਲ ਲੈਵਲ ਦੀ ਆ ਇੰਡੀਆ ਦੀ ਨੰਬਰ 1 ਅਕੈਡਮੀ ਆ ਸਾਡੇ ਕੋਲ 150 ਦੇ ਕਰੀਬ ਬੱਚੇ ਅਤੇ ਬੱਚੀਆਂ ਉੱਥੇ ਪ੍ਰੈਕਟਿਸ ਕਰਦੀਆਂ
50 ਦੇ ਕਰੀਬ ਬੱਚਿਆਂ ਨੂੰ ਜੋਬ ਮਿਲ ਗਈ ਆ ਸਰਕਾਰੀ ਤੇ ਇਸ ਤੋਂ ਇਲਾਵਾ ਬਾਹਰ ਦੀਆਂ ਸਟੇਟ ਦੇ ਬੱਚੇ ਸਾਡੇ ਸਾਰੇ ਡਿਸਟ੍ਰਿਕਾਂ ਦੇ ਬੱਚੇ ਹੋਸਟਲ ਵਧੀਆ ਸਾਰੀਆਂ ਫੈਸਿਲਿਟੀਆਂ ਆ ਓਲੰਪਿਕ ਲੈਵਲ ਤੱਕ ਜਾਣ ਨੂੰ ਸਾਰੀਆਂ ਫੈਸਿਲਿਟੀਆਂ ਉਹ ਸੇਵਾ ਮੇਰੀ ਸੋਸ਼ਲ ਵਰਕ ਆ ਉਹ ਮੇਰਾ ਫਰਜ਼ ਵੀ ਬਣਦਾ ਉਹ ਸਪੋਰਟਸ ਦੇ ਵਿੱਚੋਂ ਜੇ ਕੁਛ ਮਿਲਿਆ ਤਾਂ ਉਹਨੂੰ ਦੇਣ ਦਾ ਵੀ ਸਾਡਾ ਫਰਜ਼ ਬਣਦਾ ਵੀ ਉਹਦੇ 'ਚ ਦਈਏ ਅਤੇ ਉਹ ਵੀ ਕਰਦਾ ਆ ਬਾਕੀ ਜਿਹੜੇ ਅਹੁਦੇ ਅਹੁਦੇ ਆ ਹੁਣ ਉਹ ਅਲੱਗ ਚੀਜ਼ਾਂ ਆ ਅਹੁਦੇ ਤਾਂ ਜਿੱਦਾਂ ਸਟੇਟ ਦਾ ਜਿਹੜੇ ਸਾਡੀ ਇੱਕ ਔਰਗੇਨਾਈਜੇਸ਼ਨ ਹੁੰਦੀ ਆ ਰੈਸਲਿੰਗ ਦੀ ਇਹਦੇ ਵਿੱਚ ਪੰਜਾਬ ਰੈਸਲਿੰਗ ਐਸੋਸੀਏਸ਼ਨ ਦਾ ਮੈਂ ਜਨਰਲ ਸੈਕਟਰੀ ਆ ਤੁਸੀਂ ਯੂਟਿਊਬ 'ਤੇ ਵੀ ਪਾ ਕੇ ਕੱਢ ਸਕਦੇ ਹਾਂ ਜਗਜੀਤ ਸਰੋਆ ਦੀ ਜਿਹੜੀ ਅਕੈਡਮੀ ਆ ਜਿੱਦਾਂ ਉਹਨਾਂ ਦੇ ਨਾਂ 'ਤੇ ਹੀ ਆ ਉਹਦੇ ਵਿੱਚ ਇਹ ਬੱਚਿਆਂ ਨਾਲ ਜਿਹੜਾ ਜਿੰਨਾ ਇਹ ਜਗਜੀਤ ਰੈਸਲਿੰਗ ਅਕੈਡਮੀ ਜਿਹੜੀ ਜਗਜੀਤ ਰੈਸਲਿੰਗ ਅਕੈਡਮੀ ਆ ਉਹ ਤੁਸੀਂ ਯੂਟਿਊਬ 'ਤੇ ਇੰਸਟਾਗ੍ਰਾਮ 'ਤੇ ਉਹ ਪਾਉਂਗੇ ਉਹਦੇ ਵਿੱਚ ਸਾਰੀ ਐਕਟੀਵਿਟੀ ਆ ਜਾਣੀ ਸਾਡੀ ਬੱਚਿਆਂ ਦੀ ਤਾਂ ਬਹੁਤ ਖੁਸ਼ੀ ਹੋਈ ਜਿਹੜੇ ਤੁਸੀਂ ਉਹਨਾਂ ਨੂੰ ਜੋਬਾਂ ਵੀ ਦਵਾਈਆਂ ਜਾਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਦਿੱਤਾ ਅਸੀਂ ਨਹੀਂ ਦਵਾਈਆਂ ਅਸੀਂ ਤਾਂ ਇੱਕ ਪਲੇਟਫਾਰਮ ਦਿੱਤਾ ਬਾਕੀ ਬੱਚਿਆਂ ਦੀ ਮਿਹਨਤ ਹੈ ਬੱਚਿਆਂ ਨੂੰ ਪਲੇਟਫਾਰਮ ਮਿਲਣਾ ਚਾਹੀਦਾ ਉਹਨੂੰ ਸਹੀ ਦਿਸ਼ਾ ਮਿਲਣੀ ਚਾਹੀਦੀ ਆ ਬੱਚੇ ਮਿਹਨਤ ਕਰਕੇ ਆਪਣੇ ਆਪ ਹੀ ਸਭ ਕੁਛ ਉੱਥੇ ਪਹਿਲਵਾਨ ਜੀ ਤੁਸੀਂ ਆਪ ਵੀ ਸਿਖਾ ਰਹੇ ਕਿ ਤੁਸੀਂ ਕਿੰਨੇ ਕੋਚ ਆ ਜਾਂ ਕੋਈ ਬਾਹਰਲੇ ਤੁਸੀਂ ਸਾਡੇ ਦੇਖੋ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਬਿਜ਼ੀ ਸ਼ਡਿਊਲ ਚੱਲਣ ਦਾ ਜਦੋਂ ਮੇਰੇ ਕੋਲ ਟਾਈਮ ਹੁੰਦਾ ਮੈਂ ਖੁਸ਼ਕਿਸਮਤ ਸਮਝਦਾ ਉੱਥੇ ਮੈਂ ਤਾਂ ਉੱਥੇ ਦਾ ਸੇਵਾਦਾਰ ਹੈ ਇੱਕ ਅਕੈਡਮੀ ਦਾ ਠੀਕ ਹੈ ਉੱਥੇ ਜਾ ਕੇ ਜਿੰਨੀ ਮੈਨੂੰ ਮੌਕਾ ਮਿਲੇ ਉੱਥੇ ਮੈਂ ਜਾ ਕੇ ਬੱਚਿਆਂ ਨੂੰ ਸਿਖਾਉਂਦਾ ਵੀ ਹਾਂ ਹਰੇਕ ਤਰ੍ਹਾਂ ਦਾ ਕੰਮ ਮੈਂ ਉੱਥੇ ਕਰ ਸਕਦਾ ਮੈਨੂੰ ਕੋਈ ਉਹ ਹਿਚਕ ਨਹੀਂ ਆ ਮੇਰਾ ਗੁਰਦੁਆਰਾ ਵਾ ਜੇ ਸਫਾਈ ਵੀ ਕਰਦਾ ਮੈਂ ਜਾ ਕੇ ਉਹ ਤੁਹਾਨੂੰ ਦੇਖ ਕੇ ਫਿਟਨੈਸ ਸਾਨੂੰ ਉੱਥੇ ਦਿਸ ਰਹੇ ਆ ਤੁਸੀਂ ਹਜੇ ਵੀ ਉੱਦਾਂ ਦੇ ਅਸੀਂ ਸਮਝ ਲਓ 20-30 ਸਾਲ ਪਹਿਲਾਂ ਵੀ ਤੁਹਾਨੂੰ ਇੱਦਾਂ ਦੇ ਦੇਖਿਆ ਫਿੱਟ ਜਿੱਦਾਂ ਹਜੇ ਵੀ ਉੱਦਾਂ ਹੀ ਆ ਉਹ ਤੁਹਾਡਾ ਜਿਹੜਾ ਵਰਕ ਤੁਸੀਂ ਕਰਾ ਰਹੇ ਹਾਂ ਜਾਂ ਆਪ ਕਰ ਰਹੇ ਹੋ ਬਹੁਤ ਫਿਟਨੈਸ ਜਿਹੜੀ ਹੁਣ ਜਿੱਦਾਂ ਆਪਾਂ ਇਕੱਠੇ ਰਹੇ ਹਾਂ ਫਿਟਨੈਸ ਦੋ ਤਰ੍ਹਾਂ ਦੀ ਹੁੰਦੀ ਮੈਂ ਹਮੇਸ਼ਾ ਇਹ ਗੱਲ ਕਰਦਾ ਫਿਟਨੈਸ ਇਕੱਲੀ ਬਾਡੀ ਦੀ ਨਹੀਂ ਆ ਤੁਹਾਡਾ ਮੈਂਟਲੀ ਵੀ ਜਿਹੜਾ ਨਾ ਉਹ ਵੀ ਫਿੱਟ ਚਾਹੀਦਾ ਮੈਂਟਲ ਦਿਮਾਗ ਵੀ ਤੁਹਾਡਾ ਫਿੱਟ ਚਾਹੀਦਾ ਉਹ ਤਾਂ ਹੀ ਫਿੱਟ ਹੋਊਗਾ ਜੇ ਤੁਹਾਡੇ ਕਰਮ ਚੰਗੇ ਆ ਮਾੜੇ ਕਰਮ ਕਰਕੇ ਤੁਸੀਂ ਦਿਮਾਗੀ ਤੌਰ 'ਤੇ ਫਿੱਟ ਨਹੀਂ ਰਹਿ ਸਕਦੇ ਪਰੇਸ਼ਾਨੀਆਂ ਵਧੂਗੀਆਂ ਗੁਰਬਾਣੀ ਦੀਆਂ ਸਾਰੀਆਂ ਜਿਹੜੀਆਂ ਤੁਕਾਂ ਗੁਰਬਾਣੀ ਸਾਰੀ ਇਹਨਾਂ ਚੀਜ਼ਾਂ 'ਤੇ ਆ ਜੇ ਤੁਹਾਡੇ ਕਰਮ ਚੰਗੇ ਆ ਫਿਰ ਦਿਮਾਗ ਤੋਂ ਵੀ ਅਤੇ ਸਰੀਰ ਤੋਂ ਵੀ ਫਿੱਟ ਹੋ ਫਿਰ ਹੀ ਵਧੀਆ ਲਾਈਫ ਆ ਜੀਵਨ ਦਾ ਮਜ਼ਾ ਹੀ ਫਿਰ ਆਉਂਦਾ ਅੱਜ ਇਸੇ 'ਤੇ ਜਿਹੜੀ ਤੁਸੀਂ ਗੁਰਬਾਣੀ ਦੀ ਗੱਲ ਕੀਤੀ ਆ ਮੈਨੂੰ ਇਹ ਤੁਹਾਡੀ ਉਹ ਕਵਿਤਾ ਚੇਤੇ ਆਈ ਜਾਂਦੀ ਆ ਅੱਜ ਉਹਦੇ ਲਾਈਫ ਜਿਹੜੇ ਉਹ ਮਾੜੀ ਨਹੀਂ ਹੈਗੀ ਤੁਹਾਡੀ ਉਹ ਪਬਲਿਸਿਟੀ ਜਿਹੜੀ ਹੈ ਇਹ ਤੁਸੀਂ ਬਹੁਤ ਸੋਹਣੀ ਉਹ ਕਹੀ ਆ ਉਹ ਦੋ ਸ਼ਬਦ ਜ਼ਰੂਰ ਬੋਲਣੇ ਆ ਕਿਉਂਕਿ ਉਸ 'ਚ ਬਹੁਤ ਸਿੱਖਿਆ ਵਾਲੀ ਗੱਲ ਆ ਜਿੱਦਾਂ ਉਹ ਆਪਾਂ ਨੂੰ ਚਾਹੀਦੀ ਆ ਲੋਕਾਂ ਨੂੰ ਦੱਸਣੀ ਜਿੱਦਾਂ ਉਹ ਜਿਹੜੀ ਪੱਖਿਆਂ 'ਤੇ ਨਾਂ ਦੇਖਦਾ ਪੱਥਰਾਂ 'ਤੇ ਚਲੋ ਦੋ ਸ਼ਬਦ ਜਿੱਦਾਂ ਯੂਨੀਫਾਰਮ 'ਚ ਮੈਂ ਗੁੱਡ ਚੀਜ਼ਾਂ ਦਾ ਯੂਨੀਫਾਰਮ 'ਚ ਵੀ ਲੋਕ ਅੱਜ ਕੱਲ੍ਹ ਐਕਚੁਲੀ ਉਹਦੇ 'ਤੇ ਲਿਖਿਆ ਉਹਦੇ 'ਤੇ ਥੋੜ੍ਹੀ ਕੰਟਰੋਵਰਸੀ ਨਾ ਹੋਵੇ ਇਹਨਾਂ ਚੀਜ਼ਾਂ ਦੀ ਦੇਖੋ ਮੈਂ ਜਿਹੜੇ ਧਰਮ ਆ ਨਾ ਹੈ ਨਾ ਧਰਮ ਨੂੰ ਹਰੇਕ ਤਰ੍ਹਾਂ ਦਾ ਯੂਜ਼ ਕਰਦੇ ਸਾਰੇ ਮੈਂ ਉਹਦੇ 'ਤੇ ਇੱਕ ਲਿਖੀ ਕਵਿਤਾ ਜਿਵੇਂ ਸਾਡੇ ਗੁਰਦੁਆਰਾ ਮੰਦਰ ਮਸਜਿਦ ਹੈ ਨਾ ਹਰੇਕ ਧਰਮ ਦੇ ਹਰੇਕ ਧਰਮ ਦਾ ਸਤਿਕਾਰ ਆ ਪਰ ਅਸੀਂ ਉਹਨਾਂ ਨੂੰ ਕਿੱਦਾਂ ਯੂਜ਼ ਕਰਦੇ ਹਾਂ ਉਹ ਮੇਰੇ ਮਨ ਦੇ ਵਿੱਚ ਮੈਂ ਆਪਣੇ 'ਤੇ ਲਿਖੀ ਹੋਈ ਸਾਰੀ ਠੀਕ ਹੈ ਅਤੇ ਇੱਕ ਦਿਨ ਲਿਖੀ ਕਿੱਦਾਂ ਇਹ ਮੈਂ ਆਪਣੇ ਘਰ ਬੈਠਾ ਸੀ ਮੈਡੀਟੇਸ਼ਨ ਕਰ ਰਿਹਾ ਸੀ ਅਤੇ ਇੱਧਰੋਂ ਵੀ ਗੁਰਦੁਆਰੇ 'ਚੋਂ ਆਵਾਜ਼ ਆਉਂਦੀ ਆ ਇੱਧਰੋਂ ਵੀ ਆਉਂਦੀ ਮੇਰੇ ਪਿੰਡ ਦੇ ਵਿੱਚ 7 ਗੁਰਦੁਆਰੇ ਆ ਠੀਕ ਹੈ ਅਤੇ ਉਹ ਸਾਰੀਆਂ ਆਵਾਜ਼ਾਂ ਜਦੋਂ ਇਕੱਠੀਆਂ ਹੁੰਦੀਆਂ ਅਤੇ ਸਮਝ ਕੁਛ ਵੀ ਨਹੀਂ ਆਉਂਦਾ ਉਸ ਟਾਈਮ ਪਰਮਾਤਮਾ ਵੱਲੋਂ ਮੈਂ ਕਦੀ ਲਿਖਿਆ ਨਹੀਂ ਕੁਛ ਵੀ ਉਦੋਂ ਲਿਖਿਆ ਉਹ 7 ਮੰਦਰ ਮੇਰੇ ਪਿੰਡ ਵਿੱਚ ਬਣ ਗਏ ਮੇਰੇ ਅੰਦਰ ਮੰਦਰ ਬਣਿਆ ਹੀ ਨਹੀਂ ਕਿਸੇ ਨੂੰ ਲੁੱਟਾਂ ਕਿਸੇ ਨੂੰ ਖਾਵਾਂ ਫਿਰ ਮੈਂ ਪਿੰਡ ਦੇ ਮੰਦਰ ਜਾਵਾਂ ਮੱਥਾ ਟੇਕ ਭੁੱਲਾਂ ਬਖਸ਼ਾਵਾਂ ਅਗਲੇ ਦਿਨ ਮੈਂ ਫਿਰ ਭੁੱਲ ਜਾਵਾਂ ਜਾਣੀ ਗੁਰਦੁਆਰੇ ਅਸੀਂ ਉਦੋਂ ਜਾਂਦੇ ਹਾਂ ਜਦੋਂ ਕੋਈ ਮਾੜਾ ਕੰਮ ਕਰਦੇ ਹਾਂ ਡਰ ਜਾਂਦੇ ਹਾਂ ਫਿਰ ਉੱਥੇ ਮੱਥਾ ਟੇਕ ਕੇ ਭੁੱਲ ਬਖਸ਼ਾ ਕੇ ਅਤੇ ਫਿਰ ਅਗਲੇ ਦਿਨ ਜੇ ਉਹ ਸਾਰਾ ਕੁਝ ਠੀਕ ਹੋਵੇ ਤਾਂ ਫਿਰ ਭੁੱਲ ਜਾਈਦਾ 7 ਮੰਦਰ ਮੇਰੇ ਪਿੰਡ ਵਿੱਚ ਬਣ ਗਏ ਮੇਰੇ ਅੰਦਰ ਮੰਦਰ ਬਣਿਆ ਹੀ ਨਹੀਂ ਕਿਸੇ ਨੂੰ ਲੁੱਟਾਂ ਕਿਸੇ ਨੂੰ ਖਾਵਾਂ ਫਿਰ ਮੈਂ ਪਿੰਡ ਦੇ ਮੰਦਰ ਜਾਵਾਂ ਮੱਥਾ ਟੇਕ ਭੁੱਲਾਂ ਬਖਸ਼ਾਵਾਂ ਅਗਲੇ ਦਿਨ ਮੈਂ ਫਿਰ ਭੁੱਲ ਜਾਵਾਂ
घड़ घड़ पत्थर मंदिर लगवावा उस उपर भी अपना नाम लिखवावा जद कदी मैं मंदिर जावा लभी बस अपना नाम ही जावा रुपया टेक लखा मंग जावा खुद नू मैं दानी अखवावा फिर करना की चाहिए मैनू अपने आप से मैं अपने ते किसे ते नहीं हैगी है ते जद मैं अपने अंदर जावा जद मैं अपने मंदिर जावा यानी अपने अंदर सारा कुछ हैगा जद मैं अपने अंदर जावा जद मैं अपने मंदिर जावा कुट कुट सब नाल जफियां खावा कोई तेर मेर नहीं है सिख आ हिंदू आ मुसलमान आ बिल्कुल नहीं है जो तुम अपने अंदर जाने हो ना अंदर दे गुरुद्वारे मत्था टेकते जाके मंदिर च मत्था टेकते अंदर ले चलो फिर तुहानू तेर मेर नहीं आई कोई जब मैं अपने अंदर जावा खुद नू मैं स्वर्ग विच पावा कुट कुट सब नाल जफियां पावा किसे नू दिल दा हाल सुनावा सच्चियां गल्लां किसे नू दिल दा हाल सुनावा फिर मैं जग जीत बन जावा फिर मैं जग जीत बन जावा क्या बात है पहलवान जी बहुत खुशी हुई जो तुसने रैंक दे नाल जिहड़ियां गोल्ड जिहड़ियां नाल तुसने तपस्या दे जुड़े हुए गल्लां कोई काफी सादा ਤਾਂ ਪਹਿਲਵਾਨਾਂ ਦੇ ਨਾਲ ਜਿਹੜੀਆਂ ਤੁਸੀਂ ਨਾ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰੀਦਾ ਵੀ ਚਲੋ ਮਿਹਨਤ ਸਾਰੇ ਕਰਦੇ ਹੋ